ਸਕੂਲ ਦੇ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ SST ਸੋਸ਼ਲ ਸਾਇੰਸ ਦਾ ਮੇਲਾ ਲਗਾਇਆ ਗਿਆ, ਜਿਹਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਪਾਰਟੀਸਪੇਸ਼ਨ ਕੀਤੀ ਹੈ। ਸਾਰਿਆਂ ਨੇ ਰਲ ਮਿਲ ਕੇ, ਸਾਡੇ ਟੀਚਰਾਂ ਨੇ, ਅਧਿਆਪਕ ਸਾਥੀਆਂ ਨੇ ਅਤੇ ਸਕੂਲ ਦੇ ਸਹਿਯੋਗ ਨਾਲ ਬੱਚਿਆਂ ਨੂੰ ਜਾਣਕਾਰੀ ਬਹੁਤ ਮਿਲ ਰਹੀ ਹੈ ਸਮਾਜ ਨਾਲ, ਸਮਾਜਿਕ ਵਿਗਿਆਨ ਦੇ ਨਾਲ। ਅਤੇ ਇਹਦੇ ਵਿੱਚ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਬੱਚਿਆਂ ਨੇ ਮਾਡਲ ਬਣਾਏ ਨੇ, ਜਲ ਸਰੋਤ ਪਾਣੀ ਨੂੰ ਬੱਚਤ ਕਰਨ ਵਾਸਤੇ ਬਣਾਏ ਗਏ ਨੇ, ਧਰਤੀ ਦੇ ਵਿੱਚੋਂ ਗਰਮੈਸ਼ ਨਾਲ ਜੋ ਲਾਵਾ ਫਟ ਰਿਹਾ ਉਹਦੇ ਬਾਰੇ ਦੱਸਿਆ ਗਿਆ। ਇਸ ਕਰਕੇ ਬੱਚਿਆਂ ਨੂੰ ਜਾਣਕਾਰੀ ਹਿੱਤ ਬਹੁਤ ਚੀਜ਼ਾਂ ਮਿਲ ਰਹੀਆਂ ਨੇ। ਜਿਹੜਾ ਸਰਕਾਰ ਵੱਲੋਂ ਸਾਨੂੰ ਡੇਟ ਲਾਉਂਦੀ ਗਈ, ਇਹਦਾ ਮੇਨ ਮਕਸਦ ਇਹ ਹੈ ਕਿ ਬੱਚਿਆਂ ਨੂੰ ਵੱਖਰੇ ਵੱਖਰੇ ਮਾਡਲਾਂ ਦੇ ਰਾਹੀਂ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ। ਜਿਸ ਤਰ੍ਹਾਂ ਕਿ ਅਸੀਂ ਅਲੱਗ ਅਲੱਗ ਵਿਸ਼ਿਆਂ ਦੇ ਜਵਾਲਾਮੁਖੀ ਦੇ ਮਾਡਲ ਬਣਾਏ ਆ, ਉਹ ਵਰਕਿੰਗ ਮਾਡਲ ਰਾਹੀਂ ਬੱਚਿਆਂ ਨੂੰ ਪਤਾ ਲੱਗਦਾ, ਉਹ ਮਤਲਬ ਮੈਨੂਅਲੀ ਕਦੇ ਦੇਖ ਨਹੀਂ ਸਕਦੇ ਜਵਾਲਾਮੁਖੀ ਫਟਦਾ ਹੋਇਆ, ਲੇਕਿਨ ਇੱਕ ਵਰਕਿੰਗ ਮਾਡਲ ਦੇ ਸਹਾਰੇ ਉਹ ਇਸ ਗੱਲ ਤੋਂ ਜਾਣੂ ਹੋ ਸਕਦੇ ਨੇ ਕਿ ਕਿਸ ਤਰ੍ਹਾਂ ਜਵਾਲਾਮੁਖੀ ਫਟਦਾ, ਕਿਸ ਤਰ੍ਹਾਂ ਉਹਦਾ ਲਾਵਾ ਜਿਹੜਾ ਧਰਤੀ ਦੇ ਬਾਹਰ ਆਉਂਦਾ, ਉਹਦੇ ਫਾਇਦੇ ਕੀ ਨੇ ਅਤੇ ਉਹਦੇ ਨੁਕਸਾਨ ਕੀ ਨੇ। ਬੱਚਿਆਂ ਨੇ ਵਾਤਾਵਰਨ 'ਤੇ ਜਾਂ ਬੋਧ ਪ੍ਰਕਿਰਿਆ 'ਤੇ ਜਾਂ ਹੋਰ ਕਈਆਂ ਦੇ ਮਾਡਲ ਬਣਾਏ ਨੇ, ਕੀ ਲੱਗਦਾ ਇਹਦੇ ਨਾਲ ਲੋਕ ਜਾਗਰਤ ਹੋਣਗੇ? ਬਿਲਕੁਲ ਲੋਕ ਜਾਗਰਿਤ ਹੋਣਗੇ, ਕਿਉਂਕਿ ਪਹਿਲਾਂ ਜਾਗਰਿਤ ਹੋਣਗੇ ਸਾਡੇ ਬੱਚੇ, ਅਤੇ ਬੱਚੇ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਦੱਸਣਗੇ, ਆਪਣੇ ਆਲੇ ਦੁਆਲੇ ਦੱਸਣਗੇ ਕਿ ਸਾਡੇ ਸਕੂਲ 'ਚ ਅਸੀਂ ਇਹ ਮਾਡਲ ਬਣਾਇਆ ਅਤੇ ਇਹਦੇ ਨਾਲ ਸਾਨੂੰ ਇਹ ਜਾਣਕਾਰੀ ਮਿਲੀ। ਜਿਵੇਂ ਤੁਸੀਂ ਪਿੱਛੇ ਪ੍ਰਦੂਸ਼ਣ ਵਾਲਾ ਮਾਡਲ ਦੇਖਿਆ, ਤਾਂ ਉਹਦੇ ਵਿੱਚ ਬੱਚਿਆਂ ਨੇ ਦੱਸਿਆ ਕਿ ਸਾਡੀਆਂ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਉਹ ਵੀ ਪ੍ਰਦੂਸ਼ਣ ਦੇ ਨਾਲ ਜਿਹੜੀਆਂ ਖਰਾਬ ਹੋ ਰਹੀਆਂ ਨੇ, ਠੀਕ ਹੈ। ਅਤੇ ਉਸ ਤੋਂ ਬਾਅਦ ਉਹਨਾਂ ਨੇ ਬਚਾਅ ਦੇ ਤਰੀਕੇ ਵੀ ਦੱਸੇ ਨੇ ਕਿ ਸਾਨੂੰ ਦਰਖਤ ਲਗਾਉਣੇ ਚਾਹੀਦੇ ਨੇ, ਰੀਯੂਜ਼ ਕਰਨਾ ਚਾਹੀਦਾ ਹੈ, ਪਾਣੀ ਦੀ ਮਤਲਬ ਵਰਤੋਂ ਜਿਹੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਤਾਂ ਇਹਨਾਂ ਤਰੀਕਿਆਂ ਦੇ ਨਾਲ ਉਹ ਬੱਚਿਆਂ ਨੂੰ ਵੀ ਅਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਜਾਗਰੂਕ ਕਰਨਗੇ ਹੀ ਕਰਨਗੇ। ਹਾਂਜੀ ਬਿਲਕੁਲ, ਬਹੁਤ ਅੱਛਾ ਉਪਰਾਲਾ ਹੈ। ਬੱਚਿਆਂ ਦਾ ਜਿਹੜਾ ਆਰਟ ਹੈ ਉਹ ਵੀ ਉੱਭਰ ਕੇ ਬਾਹਰ ਆਇਆ ਹੈ, ਅਤੇ ਬੱਚਿਆਂ ਨੂੰ ਉਸ ਸਬਜੈਕਟ ਪ੍ਰਤੀ ਵੀ ਜਿਹੜੀ ਨੌਲੇਜ ਹੈ ਉਹ ਵੀ। ਮੈਂ ਬਹੁਤ ਧੰਨਵਾਦ ਕਰਦਾ ਸਾਡੇ ਸਕੱਤਰ ਕ੍ਰਿਸ਼ਨ ਕੁਮਾਰ ਜੀ ਦਾ, ਇਹਨਾਂ ਦੀ ਰਹਿਨਮਾਈ ਹੇਠ ਇਹ SST ਦਾ ਮੇਲਾ ਲਗਾਇਆ ਗਿਆ। ਇਹਦੀਆਂ ਸਾਨੂੰ 3 ਡੇਟਸ ਮਿਲੀਆਂ ਸੀ, 27, 28, 29, 10 ਸਕੂਲਾਂ ਦੇ ਵਿੱਚ ਅੱਜ ਮੇਲਾ ਲੱਗ ਰਿਹਾ ਆਪਣੇ ਸਮਾਣਾ ਵਨ ਬਲਾਕ 'ਚ, 10 'ਚ ਕੱਲ੍ਹ ਨੂੰ ਲੱਗੂਗਾ ਅਤੇ 10 'ਚ ਪਰਸੋਂ ਨੂੰ। ਇਹਦੇ ਵਿੱਚ ਬੱਚਿਆਂ ਨੇ ਬਹੁਤ ਹੀ ਖੁਸ਼ੀ ਨਾਲ ਵਰਕਿੰਗ ਮਾਡਲ ਅਤੇ ਦੂਸਰੇ ਚਾਰਟ ਵਗੈਰਾ ਬਣਾਏ ਨੇ, ਜਿਹਦੇ ਵਿੱਚ ਬੱਚਿਆਂ ਨੂੰ ਉਹ ਕੋਈ ਵੀ ਕੰਮ ਕੋਈ ਕਰਨ ਤੋਂ ਪਹਿਲਾਂ ਉਹ ਜਦੋਂ ਅਸੀਂ ਸਿੱਖਦੇ ਨੇ ਉਹ ਆਪ ਕਰਕੇ ਸਿੱਖਦੇ ਨੇ ਤਾਂ ਜ਼ਿਆਦਾ ਪ੍ਰਦੂਸ਼ਣ ਜੀ ਘਟਾਉਣ ਵਾਸਤੇ ਹੀ ਮਾਡਲ ਬਣਾਇਆ ਜੀ, ਵੀ ਆਪਣਾ ਪ੍ਰਦੂਸ਼ਣ ਜੀ ਆਪਣੀ ਧਰਤੀ ਖਰਾਬ ਹੋ ਰਹੀ ਹੈ ਪ੍ਰਦੂਸ਼ਣ ਨਾਲ ਜੀ, ਵੀ ਉਹਨਾਂ ਨੂੰ ਕਿਵੇਂ ਬਚਾਇਆ ਜਾਂਦਾ, ਕਿਵੇਂ ਪੇੜ ਲਗਾਉਣੇ ਚਾਹੀਦੇ ਨੇ, ਪੇਜਾਂ ਨੂੰ ਪੌਦਿਆਂ ਨੂੰ ਕੱਟਣਾ ਨਹੀਂ ਚਾਹੀਦਾ ਹੈਗਾ ਜੀ, ਪਾਣੀ ਦਾ ਸਹੀ ਉਪਯੋਗ ਕਰਨਾ ਚਾਹੀਦਾ ਜੀ। ਹੋਰ ਉੱਪਰ ਮਾਡਲ ਬਣਾਇਆ ਜੀ, ਵੀ ਆਪਾਂ ਨੂੰ ਕੂੜਾ ਕਰਕਟ ਨਹੀਂ ਫੈਲਾਉਣਾ ਚਾਹੀਦਾ ਹੈਗਾ ਜੀ, ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਜੀ ਨੇੜੇ ਆਉਣ ਲਈ, ਇਹਨਾਂ ਨਾਲ ਪ੍ਰਦੂਸ਼ਣ ਫੈਲਦਾ, ਆਪਣੀ ਸਿਹਤ ਠੀਕ ਰਹਿੰਦੀ ਹੈ ਜੀ। ਆਪਣੀ ਪ੍ਰਦੂਸ਼ਣ ਨਾਲ ਆਪਣੀ ਵਿਰਾਸਤੀ ਇਮਾਰਤਾਂ ਜੀ ਖਰਾਬ ਹੋ ਰਹੀਆਂ ਨੇ ਜੀ। ਜੀ ਇਹ ਚੰਤਰ ਕਿਰਿਆ ਕੀ ਦੱਸਿਆ ਗਿਆ ਇਹਦੇ ਵਿੱਚ, ਕੀ ਦਰਸਾਇਆ ਤੁਸੀਂ ਜੀ? ਇਹਦੇ ਵਿੱਚ ਸਭ ਤੋਂ ਪਹਿਲਾਂ ਨਾਮਜ਼ਦਗੀ ਦੱਸੀ ਗਈ ਹੈ, ਜਿਹੜਾ ਉਮੀਦਵਾਰ ਨਾਮਜ਼ਦਗੀ ਕਰਾਉਂਦਾ ਅਤੇ ਉਹਨਾਂ ਨੂੰ ਚੋਣ ਨਿਸ਼ਾਨ ਮਿਲਦਾ ਉਹਨਾਂ ਦਾ, ਅਤੇ ਉਸ ਤੋਂ ਬਾਅਦ ਚੋਣ ਪ੍ਰਚਾਰ ਕਰਦੇ ਨੇ ਅਤੇ ਉਹ ਜਨਤਾ ਨਾਲ ਵਾਅਦੇ ਕਰਦੇ ਨੇ, ਅਤੇ ਉਸ ਤੋਂ ਬਾਅਦ ਮਤਦਾਨ ਆਉਂਦਾ ਜੀ, ਮਤਦਾਨ ਵਿੱਚ ਲੋਕ ਵੋਟਿੰਗ ਕਰਦੇ ਨੇ, ਅਤੇ ਉਸ ਤੋਂ ਬਾਅਦ ਗਿਣਤੀ ਦੇ ਵਿੱਚ ਜਿਹੜਾ ਨਤੀਜਾ ਨਿਕਲਦਾ ਜੀ ਉਹਦੀ ਕੋਸ਼ਿਸ਼। ਜਿਹੜੀ ਚੋਣ ਹੋਈ ਸੀ ਕਾਹਦੀ ਚੋਣ ਹੋਈ ਸੀ ਆਪਣੀ ਇਸ ਟਾਈਮ? ਹਾਂਜੀ ਪਿਛਲੇ ਸਮੇਂ ਕਾਹਦੀ ਚੋਣ ਹੋਈ ਸੀ ਜਦੋਂ ਚੋਣ ਹੋ ਜਾਂਦੀ ਹੁਣ ਜੀ? MP ਦੀ ਵੀ ਕੀ ਹੋਇਆ ਸੀ MP ਦੀ, ਕੋਈ ਕੀ ਸਰਕਾਰ ਬਣੀ ਹੈ ਜੀ? ਕਿਹਦੀ ਸਰਕਾਰ ਬਣੀ ਜੀ? ਨਰਿੰਦਰ ਮੋਦੀ ਭਾਜਪਾ ਦੀ ਜੀ, ਕੇਂਦਰ ਸਰਕਾਰ।